बहुत अफसोसनाक माजी खबर है, अल्लाह पाक तुम सबर दे। की उस दिन होया, कहने उन्होंने बुलाया, की वेख्या तुसी? बड़ी ज्यादा गर्मी सी, तुहानू पता है उस दिन जी। बैठे बैठे अचानक मेरी भी तबीयत गर्मी नाल अचानक ही बड़ी डाउन होन गई सी। मैं जल्दी ना नहाण वास्ते गई हां, नहा के हले कदम ही बाहर रखे, उन्होंने छोटी बच्ची जेड़ी सी ना वो आई है मैनू बुलाण। उन्हें कहा कि घर आओ, मैं घर गई हां। उत्थे वो बाद च मावा धीआं बह गईआं ने दोनों, ते पुत्र उन्हां दा केबल दा काम करन दिया सी उस टाइम। ਤੁਸੀਂ ਜਾਓ ਉੱਪਰ ਜਾ ਕੇ ਤੇ ਉਹਦੇ ਕੋਲ ਆਉਣਾ, ਉਹਦੇ ਨਾਲ ਗੱਲ ਕਰੋ। ਮੈਂ ਉੱਪਰ ਗਈ ਹਾਂ ਜਿਸ ਵਕਤ, ਉਹਨੂੰ ਆਵਾਜ਼ਾਂ ਲਾਈਆਂ ਨੇ ਬੜੀਆਂ, ਲੇਕਿਨ ਕੋਈ ਆਵਾਜ਼ ਨਹੀਂ ਆਈ ਅੰਦਰੋਂ ਮੈਨੂੰ। ਉਸ ਤੋਂ ਬਾਅਦ ਮੈਂ ਬੜੀ ਪਰੇਸ਼ਾਨ ਹੋ ਕੇ ਥੱਲੇ ਆ ਗਈ ਹਾਂ ਵਾਪਸ ਦੁਬਾਰਾ। ਮੈਂ ਫਿਰ ਪਾਣੀ ਪੀਤਾ, ਪਾਣੀ ਪੀਣ ਤੋਂ ਬਾਅਦ ਮੈਂ ਫਿਰ ਉੱਪਰ ਗਈ ਹਾਂ ਜ਼ਿਆਦਾ। ਮੈਂ ਉਹਦੇ ਮੀਆਂ ਨੂੰ ਪੁੱਛਿਆ, ਮੈਂ ਕਿਹਾ ਕੋਈ ਲੜਾਈ ਝਗੜਾ ਤੁਹਾਡਾ ਹੋਇਆ ਹੈ, ਕੁਛ ਦੱਸੋ ਕਿਉਂ ਉਹਨੇ ਇਸ ਤਰ੍ਹਾਂ ਕੀਤਾ ਹੈ। ਨਹੀਂ ਕੋਈ ਲੜਾਈ ਝਗੜਾ ਨਹੀਂ ਹੋਇਆ, ਲੇਕਿਨ ਬਗੈਰ ਕਿਸੇ ਵਜ੍ਹਾ ਤੋਂ ਤਾਂ ਨਹੀਂ ਸੀ, ਉਹ ਆਪਣੇ ਆਪ ਨੂੰ ਇਸ ਤਰ੍ਹਾਂ ਕਰ ਲਿਆ ਉਹਨੇ। ਤੇ ਉਸ ਤੋਂ ਬਾਅਦ ਉਹਦਾ ਸ਼ੋਹਰ ਫਿਰ ਉੱਪਰ ਆਇਆ ਹੈ, ਮੇਰੀਆਂ ਕਾਫੀ ਆਵਾਜ਼ਾਂ ਤੋਂ ਬਾਅਦ ਉਹਦਾ ਸ਼ੋਹਰ ਉੱਪਰ ਆਇਆ ਹੈ। ਉਹਨੇ ਆਣ ਕੇ ਪਰਦਾ ਖਿੜਕੀ ਤੋਂ ਸਾਈਡ ਤੇ ਕੀਤਾ ਹੈ, ਖੁਦ ਹੀ ਉਹਨੇ ਕੀਤਾ ਹੈ। ਮੈਂ ਸਾਈਡ ਤੇ ਹੋ ਗਈ ਹਾਂ, ਮੈਂ ਪਰੇਸ਼ਾਨ ਇੰਨੀ ਸਾਂ ਕਿ ਮੈਨੂੰ ਜਿਹੜਾ ਨਾ ਕੁਛ ਸਮਝ ਨਹੀਂ ਸੀ ਆਉਂਦਾ ਕਿ ਮੈਂ ਕੀ ਕਰਾਂ। ਉਹਦੇ ਅਲਫਾਜ਼ ਸੀ, ਉਹ ਹੋ ਇਹ ਕੀ ਹੋ ਗਿਆ। ਜਿਸ ਵਕਤ ਮੈਂ ਇੰਨੀ ਆਵਾਜ਼ ਸੁਣੀ, ਮੈਂ ਤਾਂ ਉੱਥੇ ਬਸ ਨਾ, ਮੇਰੀ ਕੋਈ ਸਮਝ ਨਹੀਂ ਆਇਆ ਕਿ ਉਹਨੇ ਕੀ ਕੀਤਾ ਬੱਚੀ ਨਾਲ, ਉਹਨਾਂ ਨੇ ਕਿਸ ਤਰ੍ਹਾਂ ਵੀ ਹੋ ਗਿਆ। ਫਿਰ ਉਹ ਜਲਦੀ ਨਾਲ ਸ਼ੋਰ ਪਾਉਣ ਲੱਗ ਪਏ, ਉਹਨੇ ਕਿਹਾ ਇਹ ਚੀਜ਼ ਉਹ ਚੀਜ਼ ਇਸ ਤਰ੍ਹਾਂ ਕਿਸ ਤਰ੍ਹਾਂ। ਮੈਂ ਤਾਂ ਉੱਥੇ ਖੜੀ ਬਸ ਰੋਈ ਜਾ ਰਹੀ ਹਾਂ ਤੇ ਆਪਣੇ ਆਪ ਨੂੰ ਕਹੀ ਜਾ ਰਹੀ ਹਾਂ ਕਿ ਇਹ ਕੀ ਹੋ ਗਿਆ। ਉਹਨੇ ਦੇਰ ਸਾਡਾ ਸ਼ੋਰ ਦੋਵਾਂ ਦਾ ਸੁਣ ਕੇ, ਉਹਦੀ ਥੱਲੇ ਜਿਹੜੀ ਮਾਂ ਤੇ ਭੈਣ ਇੱਕ ਦੋ ਜਣੀਆਂ ਬੈਠੀਆਂ ਸਨ, ਇੱਕ ਉਹਨਾਂ ਦੀ ਬੱਚੀ ਥੱਲੇ ਨਹੀਂ ਸੀ ਹੈਗੀ। ਘਰ ਚ ਇਸ ਟਾਈਮ ਤਿੰਨ ਔਰਤਾਂ ਹੋਣੀਆਂ ਚਾਹੀਦੀਆਂ ਸੀ, ਇੱਕ ਬੱਚੀ ਨਹੀਂ ਸੀ ਹੈਗੀ ਉਹਨਾਂ ਦੀ। ਉਹ ਦੋਵੇਂ ਜਣੀਆਂ ਥੱਲੇ ਉੱਪਰ ਆਈਆਂ ਨੇ ਜਲਦੀ ਨਾਲ। ਉਹਨਾਂ ਨੇ ਪਤਾ ਨੀ ਕਿਸ ਤਰ੍ਹਾਂ ਜੋ ਵੀ ਉਹਨਾਂ ਦੇ ਘਰ ਔਜ਼ਾਰ ਹੈ ਸੀ ਗ੍ਰੈਂਡਰ ਦਾ, ਉਹਨਾਂ ਨੇ ਜਲਦੀ ਨਾਲ ਕੀਤਾ ਕਰਾਇਆ। ਜਿਸ ਵਕਤ ਮੈਂ ਵੇਖਿਆ ਉਹਨੂੰ ਪੱਖੇ ਨਾਲ ਲਟਕ ਰਹੀ ਸੀ, ਉਹਦੇ ਪੈਰ ਵੀ ਨਾਲ ਲੱਗੇ ਸੀ। ਮੈਨੂੰ ਇਹੀ ਕਹਿੰਦੇ ਰਹੇ ਨੇ, ਨਹੀਂ ਇਹ ਦਸ ਵੀਹ ਮਿੰਟ ਪਹਿਲੇ ਸਹੀ ਸੀ। ਮੈਂ ਕਿਹਾ ਕਿ 10 ਮਿੰਟ ਪਹਿਲੇ ਸਹੀ ਸੀ ਤਾਂ ਹੁਣ ਕਿਸ ਤਰ੍ਹਾਂ 20 ਮਿੰਟਾਂ ਚ ਇਸ ਤਰ੍ਹਾਂ ਹੋ ਗਈ ਹੈ। ਉਹਨੂੰ ਲਾ ਲੂ ਕੇ ਥੱਲੇ, ਮੈਂ ਉਹਦੇ ਮੂੰਹ ਚ ਪਾਣੀ ਪਾ ਦੇਣੀ, ਉਹਨੂੰ ਚੁੱਕ ਚੁੱਕ ਕੇ ਕਹਿੰਦੀ ਰਹੀ ਕਿ 10 ਵੀਹ ਮਿੰਟ ਕਹਿਣ ਦੇਣੇ ਤੇ ਸ਼ਾਇਦ ਕਿਤੇ ਸਾਹ ਹੋਣ। ਇਹੀ ਮੈਨੂੰ ਕਹੀ ਗਿਆ, ਨਹੀਂ ਸਾਹ ਹੋਣਗੇ, ਨਹੀਂ ਇਹਦੇ ਸਾਹ ਹੋਣਗੇ। ਮੈਂ ਖੁਦਾ ਦਾ ਵਾਸਤੇ ਅੱਲਾ ਦੇ ਬੰਦੇ ਕੀ ਇਹਦੇ ਨਾਲ ਕਰ ਲਿਆ ਜੇ ਜ਼ੁਲਮ ਬੈਠਿਆਂ। ਫਿਰ ਉਹ ਮੇਰੇ ਪੈਰਾਂ ਚ ਡਿੱਗ ਪਿਆ ਆਣ ਕੇ ਮੁੰਡਾ। ਹਾਂਜੀ। ਅੱਛਾ, ਕੀ ਕਹਿੰਦਾ? ਕਹਿੰਦਾ ਆ ਮੈਨੂੰ ਮਾਫ਼ ਕਰ ਦੋ, ਜਿਹੜਾ ਵੀ ਕੰਮ ਹੋ ਗਿਆ ਤੇ ਮੇਰੀ ਮਾਂ ਦਾ ਤੇ ਮੇਰੀ ਭੈਣਾਂ ਦਾ ਨਾਂ ਨਾ ਨਾਲ ਲੈਣਾ ਤੁਸੀਂ, ਮੈਨੂੰ ਚਾਹੇ ਤੁਸੀਂ ਫਾਂਸੀ ਚੜਾ ਦੇਣਾ। ਉਹਨੇ ਇਹ ਮੇਰੇ ਨਾਲ ਗੱਲਾਂ ਕੀਤੀਆਂ ਨੇ। ਉਹਨੇ ਮੈਨੂੰ ਫਿਰ ਮੈਂ ਘਰ ਵਾਪਸ ਆ ਗਈ ਹਾਂ ਆਪਣੇ ਸ਼ੋਹਰ ਨੂੰ ਬੁਲਾਉਣ ਵਾਸਤੇ। ਇਹਨੂੰ ਬੁਲਾ ਕੇ ਲੈ ਕੇ ਗਈ ਹਾਂ, ਜਿਸ ਵਕਤ ਇਹ ਵੀ ਵੇਖ ਕੇ ਉਸ ਤੋਂ ਰੋਣ ਪਿੱਟਣ ਲੱਗ ਪਿਆ, ਫਿਰ ਇਹਦੇ ਵੀ ਪੈਰਾਂ ਚ ਉੱਡ ਗਿਆ। ਜਿਸ ਵਕਤ ਵੇਖਿਆ ਉਹਦੇ ਹੱਥ ਵੀ ਸਾਰੇ ਬੱਝੇ ਹੋਏ ਸੀ ਦੁਪੱਟੇ ਨਾਲ, ਦੁਪੱਟਾ ਵੀ ਸਾਡੇ ਕੋਲ ਮੌਜੂਦ ਹੈ। ਉਹ ਆਪ ਵੀ ਕਹੇਗਾ ਕਿ ਉਹਦੇ ਹੱਥ ਬੱਝੇ ਹੋਏ ਸੀ ਦੁਪੱਟੇ ਨਾਲ ਉਸ ਟਾਈਮ। ਇੱਕ ਬੱਝੇ ਹੱਥ ਨੇ ਉਹ ਕਿਸ ਤਰ੍ਹਾਂ ਵਾਕਿਆ ਕਰ ਸਕਦੇ? ਹੱਥ ਬੱਝੇ ਹੋਏ ਸੀ ਜੀ, ਦੁਪੱਟੇ ਦੇ ਨਾਲ ਉਹਦੇ ਹੱਥ ਵੀ ਬੱਝੇ ਸਨ। ਕੁੜੀ ਦੇ ਤਸਵੀਰ ਹੈ ਕੋਈ ਉਸ ਟਾਈਮ? ਨਹੀਂ ਸਰ, ਇਹੀ ਤਾਂ ਗਲਤੀ ਹੋਈ ਕਿ ਅਸੀਂ ਕੋਈ ਉਸ ਟਾਈਮ ਨਾ ਹੋਸ਼ ਰਹੀ ਨੀ ਸਾਨੂੰ ਮੀਆਂ ਬੀਵੀ ਨੂੰ, ਕਿਹਾ ਕੀ ਹੋ ਗਿਆ। ਅੱਛੇ ਭਲੇ ਤੇ ਉਹ ਕੰਮ ਤੇ ਗਿਆ, ਖਾਣਾ ਖਾਣ ਆਇਆ ਘਰ ਵਾਪਸ, ਤੇ ਅਚਾਨਕ ਇਹ ਕੀ ਹੋ ਗਿਆ? ਸਾਨੂੰ ਕੀ ਪਤਾ ਸੀ ਕਿ ਉਹ ਜ਼ਾਲਮ ਏਡੀ ਹੋਈ ਹੈ ਕਿ ਜਿਹੜੀ ਰੋਜ਼ਿਆਂ ਦੇ ਵਿੱਚ ਵੀ ਉਹਨੂੰ ਮਾਰਿਆ ਸੀ। ਜਦੋਂ ਆਈ ਦੱਸ ਕੇ ਗਈ ਹੈ ਕਿ ਅੰਮੀ ਨਹੀਂ ਰੋਜ਼ੇ ਜਿਸ ਦਿਨ ਇਹਨੇ, ਉਸ ਦਿਨ ਹੀ ਮੈਨੂੰ ਥੱਪੜ ਮਾਰੇ ਨੇ। ਅੱਛਾ, ਲੜਕੇ ਨੇ। ਸਾਨੂੰ ਕੀ ਪਤਾ ਸੀ ਇਸ ਹੱਦ ਤੱਕ ਚਲਾ ਜਾਏਗਾ? ਨਹੀਂ ਤੇ ਮਾਵਾਂ ਤੇ ਅਕਸਰ ਬੇਟੀ ਦੀਆਂ ਦੋਸਤ ਵੀ ਹੁੰਦੀਆਂ, ਸਾਰੀ ਕਿਸਮ ਦੀ ਗੱਲਾਂ ਕਰ ਲੈਂਦੇ। ਕੀ ਹਾਲਾਤ ਕੀ ਸੀ ਜਿਹੜਾ ਇਹ ਵਾਕਿਆ ਹੋਇਆ? ਅਗਰ ਉਹ ਸਰ ਇਹੀ ਬੱਚੀ ਨੇ ਮੇਰੀਆਂ ਗੱਲਾਂ ਕੀਤੀਆਂ ਕਿ ਅੰਮੀ ਇੱਕ ਤੇ ਔਰਤ ਜਿਹੜੀ ਨਾ ਬਹੁਤ ਤਾਨਾ ਜ਼ਨੀ ਕਰਦੀ ਕਿ ਤੂੰ ਲੈ ਕੇ ਕੁਛ ਨਹੀਂ ਆਈ। ਮੇਰਾ ਇਕੱਲਾ ਪੁੱਤਰ ਸੀ ਤੇ ਤੂੰ ਉਹ ਹਿਸਾਬ ਨਾਲ ਜਹੇਜ਼ ਨਹੀਂ ਲੈ ਕੇ ਆਈ। ਮੈਂ ਕਿਹਾ ਉਹਨਾਂ ਨੇ ਖੁਦ ਆਪਣੀ ਖੁਸ਼ੀ ਨਾਲ ਕਬੂਲ ਕੀਤਾ ਸੀ ਉਸ ਟਾਈਮ।
ਲਵ ਮੈਰਿਜ ਸੀ ਇਹ? ਨਹੀਂ ਨਹੀਂ ਸਰ, ਉਸ ਤੋਂ ਪਹਿਲੇ ਵੀ ਲੜਕੇ ਦੀ ਸ਼ਾਦੀ ਹੋਈ ਸੀ, ਉਹਨੂੰ ਦੋ ਮਾਂ ਉਹ ਬੀਵੀ ਰੱਖ ਕੇ ਉਹਨੂੰ ਵੀ ਤਲਾਕ ਦਿੱਤੀ ਸੀ, ਮਾਰ ਕੁੱਟ ਕੇ ਉਹਨੂੰ ਵੀ ਕੱਢਿਆ ਸੀ ਉਹਨੇ। ਅੱਛਾ, ਹਾਂਜੀ, ਮਜਬੂਰ ਸਾਨੂੰ ਨਹੀਂ, ਸਾਨੂੰ ਨੀ ਉਹਨਾਂ ਨੇ ਇਹ ਕਿਹਾ ਹੈਗਾ, ਉਹਨੇ ਤੁਹਾਨੂੰ ਦੱਸਿਆ ਕਹਿੰਦੇ ਮੈਨੂੰ ਪੈਨਿਆ ਪੈਰਾਂ ਚ ਇਹੀ ਕਿਹਾ ਕਿ ਮੇਰੇ ਕੋਲ ਗਲਤੀ ਹੋ ਗਈ ਜੀ ਲੜਕੇ ਨੇ, ਤੇ ਮੈਨੂੰ ਚਾਹੇ ਫਾਇਦਾ ਦੇ ਦੇਣਾ ਹੁਣ ਤੁਸੀਂ। ਮੈਂ ਕਿ ਅੱਲਾ ਦੇ ਬੰਦੇ, ਤੂੰ ਏਡਾ ਵੱਡਾ ਕਦਮ ਚੁੱਕਦਾ, ਤੂੰ ਮੈਨੂੰ ਦੱਸਦਾ ਮੇਰੇ ਘਰ ਧੱਕਾ ਦੇ ਕੇ ਸੁੱਟ ਦਿੰਦਾ, ਮੈਂ ਕਿਹਨੂੰ ਜਾ ਕੇ ਹੁਣ ਰੋਵਾਂ? ਮੈਨੂੰ ਦੱਸੋ ਤੁਸੀਂ, ਛੋਟੇ ਮੋਟੇ ਹੋ ਜਾਂਦੇ ਨੇ, ਸੱਸਾਂ ਮਾਵਾਂ ਕਹਿ ਲੈਂਦੀਆਂ ਨੇ ਕਿਸੇ ਟਾਈਮ, ਤੇ ਚੱਲ ਤੁਸੀਂ ਧੀਆਂ ਹੀ ਬਰਦਾਸ਼ਤ ਕਰਦੀਆਂ, ਤੇ ਉਹਨੇ ਕਹਿਣਾ ਠੀਕ ਹੈ ਅੰਨੀ। ਮੈਂ ਕਹਿਣਾ ਪੁੱਤਰ ਜਿਸ ਤਰ੍ਹਾਂ ਸਿਰ ਵਕਤ ਲੰਘੇਗਾ ਨਾ, ਇਹ ਬੱਚਿਆਂ ਦੀ ਸ਼ਾਦੀ ਕਰ ਦੇਗੀ, ਤੇਰੇ ਨਾਲ ਵੀ ਪਿਆਰ ਕਰਨ ਲੱਗ ਪਏਗੀ। ਉਹ ਸਮਝਦੀ ਹੁੰਦੀ ਸੀ ਇਸ ਗੱਲ ਨੂੰ। 10 ਦਿਨ ਪਹਿਲੇ ਸਾਡੇ ਘਰੋਂ ਗਈ, ਤੁਹਾਨੂੰ ਦੱਸਿਆ ਇਸ ਤੋਂ ਬਾਅਦ ਆਈ ਏ, 10 ਦਿਨ ਪਹਿਲੇ ਗਈ ਏ ਰਹਿ ਕੇ, ਫਿਰ ਆਪਣੀ ਖੁਸ਼ੀ ਨਾਲ ਗਈ, ਬੱਚੇ ਦੀ ਖਾਤਰ ਗਈ ਕਿ ਮੈਨੂੰ ਜਾਣਦਾ ਵਾ ਮੈਂ ਆਪਣੇ ਬੱਚੇ ਨੂੰ ਪਿਆਰ ਕਰਨੀ, ਮੈਂ ਨਹੀਂ ਰਹਿ ਸਕਦਾ। ਝਗੜੇ ਸ਼ੁਰੂ ਹੋ ਗਏ ਤਕਰੀਬਨ 1.5 ਸਾਲ ਬਾਅਦ, ਜਿਹੜੇ ਨਾ ਉਹ ਝਗੜੇ ਉਹਨਾਂ ਦੇ ਸ਼ੁਰੂ ਹੋ ਚੁੱਕੇ ਸੀ। ਮੈਂ ਤਾਂ ਇਹ ਹੀ ਰਿਹਾ ਕਿ ਤੂੰ ਜਹੇਜ਼ ਨਹੀਂ ਲੈ ਕੇ ਆਈ, ਮੇਰਾ ਇੱਕ ਪੁੱਤਰ ਸੀ, ਮੈਨੂੰ ਬੜਾ ਕੁਛ ਚਾਹੀਦਾ ਸੀ, ਤੇ ਫਿਰ ਵੀ ਕਹਿੰਦੇ ਰਹੇ ਕਿ ਜਿਸ ਤਰ੍ਹਾਂ ਬੇਟਾ ਸਾਡੇ ਕੋਲ ਆਇਆ ਹੋਣਾ ਸੀ ਤੈਨੂੰ ਦੇਵਾਂਗੇ, ਤੇ ਦਿੱਤਾ ਵੀ ਉਹਨੂੰ ਥੋੜਾ ਬਹੁਤਾ, ਇਹ ਤੇ ਨਹੀਂ ਕਿ ਬਿਲਕੁਲ ਖਾਲੀ ਹੱਥ ਭੇਜ ਦਿੱਤਾ ਸੀ। ਈਦ ਤੋਂ ਬਾਅਦ ਮੇਰੇ ਘਰ ਜਦੋਂ ਛੱਡ ਕੇ ਗਿਆ ਹੈ ਨਾ, ਉਸ ਤੋਂ 2 ਦਿਨ ਪਹਿਲੇ ਉਹਦੀ ਮੇਰੇ ਮੀਆਂ ਦੀ ਬਹਿਸ ਹੋਈ ਇਸੇ ਗੱਲ ਤੇ। ਤਬੀਅਤ ਖਰਾਬ ਹੋਈ ਤੇ ਨਹੀਂ ਸਹੀ ਰਿਹਾ, ਜਾਂ ਜਿਸ ਤਰ੍ਹਾਂ ਵੀ ਸ਼ਾਇਦ ਉਹਨੇ ਤਸ਼ੱਦਦ ਕੀਤਾ ਹੋਵੇ, ਜਿਹਨੇ ਰੋਜ਼ਿਆਂ ਚ ਮਾਰ ਲਿਆ ਸੀ, ਉਹ ਬਾਅਦ ਚ ਕਿੱਥੇ ਘਾਟ ਕਰ ਸਕਦਾ ਸੀ। ਫਿਰ ਕੀ ਹੋਇਆ? ਉਹਨੇ ਸਾਰੀਆਂ ਗੱਲਾਂ ਦੱਸੀਆਂ ਨੇ ਘਰ ਦੀ, ਕਿ ਅੰਮੀ ਇਸ ਤਰ੍ਹਾਂ ਦੀ ਮਾਂ ਜਿਹੜੀ ਨਾ ਬੜੇ ਨੇਵੇ ਦਿੰਦੀ, ਜੇ ਤਾਨੇ ਦਿੰਦੀ, ਜ਼ਿੰਦਗੀ ਉਹਨੇ ਬੜੀ ਜੀਰਨ ਬਣਾ ਦਿੰਦੀ ਮੇਰੇ ਵਾਸਤੇ। ਮੈਂ ਕਹਿੰਦਾ ਪੁੱਤਰ ਕੋਈ ਗੱਲ ਨੀ, ਹੋ ਜਾਏਗੀ ਸਹੀ। ਹਾਂਜੀ ਬੇਟਾ, ਸਾਲ ਦਾ ਤੁਹਾਨੂੰ ਦੱਸਿਆ, ਉਹਦੇ ਬੱਚੇ ਦੀ ਸਾਲਗਿਰਾ ਕੀਤੀ ਨੇ, ਹਾਲਾਂ ਸਾਹਿਬ ਅਸੀਂ ਕਿਹਾ ਕਿ ਰਾਤੀ ਤੇ ਹੋਸਪਿਟਲ ਉਹਨੂੰ ਲੈ ਕੇ ਆਏ ਆ, ਤਬੀਅਤ ਖਰਾਬ ਹੈ ਨਾ ਕਰੋ। ਨਹੀਂ, ਅਸੀਂ ਫੋਨ ਕੀਤੇ ਨੇ, ਅਸੀਂ ਲੋਕਾਂ ਨੂੰ ਕਿਹਾ ਹੈ, ਅਸੀਂ ਕੀ ਜਵਾਬ ਦੇਵਾਂਗੇ? ਤੁਸੀਂ ਇਸ ਗੱਲ ਤੇ ਇਹ ਪਰਦਾ ਪਾ ਦਿਓ ਹਾਲੇ। ਕਿਸ ਗੱਲ ਤੇ? ਕਿਹਾ ਹਸਪਤਾਲ ਗਈ ਸੀ, ਇਹਦੇ ਨਾਲ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੈ। ਹਸਪਤਾਲ ਕੇ? ਅੱਛਾ, ਠੀਕ ਹੈ, ਉਹ ਜਿਹੜਾ ਤਕਲੀਫ ਹੋਈ ਸੀ ਜੀ, ਠੀਕ ਹੈ। ਮਨੇ ਕਿਹਾ ਇਸ ਗੱਲ ਤੇ ਤੁਸੀਂ ਪਰਦਾ ਪਾ ਦਿਓ, ਤੇ ਲੇਕਿਨ ਸਾਨੂੰ ਸਾਲਗਿਰਾ ਕਰ ਲੈਣਾ। ਤੇ ਅਗਲੇ ਦਿਨ ਫਿਰ ਆਣ ਕੇ ਛੱਡ ਗਿਆ ਉਹਨੂੰ, ਫਿਰ ਰਹੀ ਇਹ, ਫਿਰ ਉਹ ਦੱਸਦੀ ਰਹੀ। ਮੈਂ ਕਿਹਾ ਪੁੱਤਰ ਜਿਹੜੀ ਵੀ ਗੱਲ ਨਾ ਖੋਲ ਕੇ ਦੱਸ। ਤੇ ਕੋਈ ਹੱਲ ਨਹੀਂ ਕੱਢਿਆ ਤੁਸੀਂ ਉਸ ਗੱਲ ਦਾ, ਇੰਨੇ ਦਿਨ ਕੋਰ ਰੱਖ ਕੇ ਬੇਟੀ ਦੀ ਪਰੇਸ਼ਾਨੀ ਸੁਣਨ ਤੋਂ? ਇਹੀ ਅਸੀਂ ਇਹਨੂੰ ਕਿਹਾ ਕਿ ਪੁੱਤਰ ਤੂੰ ਆਈ ਹੈ ਨਾ, ਤੂੰ ਰਹਿ ਸਾਡੇ ਕੋਲ, ਅਸੀਂ ਤੈਨੂੰ ਰੱਖਣਾ, ਜਿੱਦਣ ਲੈਣ ਆਏਗਾ ਨਾ, ਅਸੀਂ ਉਹਦੇ ਨਾਲ ਪੂਰੀਆਂ ਗੱਲਾਂ ਖੁੱਲ ਕੇ ਕਰਾਂਗੇ। ਤੇ ਫਿਰ 9 ਦਿਨ ਬਾਅਦ ਕੀ ਹੋਇਆ? ਉਧਰ ਆ ਉਹ ਛੋਟਾ ਬੱਚਾ ਜਿਹੜਾ ਸੀ ਨਾ, ਉਹ ਬਿਮਾਰ ਹੋ ਗਿਆ ਉਹਦਾ। ਅੱਛਾ, ਤੇ ਘਰ ਚਲੀ ਗਈ? ਤੇ ਨਹੀਂ, ਬੱਚਾ ਉਹਦਾ ਉਹ ਨਾਲ ਸੀ, ਉਹਦੀ ਸੱਸ ਲੈ ਜਾਂਦੀ ਹੁੰਦੀ ਸੀ ਆਣ ਕੇ, ਜਿਸ ਵਕਤ ਮਰਜ਼ੀ ਉਹਨੂੰ ਲੈ ਜਾਂਦੀ। ਫਿਰ ਕੀ ਹੋਇਆ? ਉਹਦੀ ਸੱਸ ਉਹਨੂੰ ਲੈ ਗਈ ਹੈ ਆਣ ਕੇ ਬੱਚੇ ਨੂੰ, ਤੇ ਉਹ ਬੱਚਾ ਬਿਮਾਰ ਹੋਇਆ। ਬਾਅਦ ਚ ਇਹ ਇੱਧਰ ਰਜੀਅਤ ਸੀ ਕਿ ਮੇਰਾ ਬੱਚਾ ਬਿਮਾਰ ਹੈ। ਉਹਨੇ ਫੋਨ ਤੇ ਵੈਸੇ ਮੀਆਂ ਨੂੰ ਪੁੱਛਿਆ ਕਿ ਕੀ ਹਾਲ ਹੈ ਕਾਕੇ ਦਾ, ਠੀਕ ਹੈ ਹੁਣ? ਤੇ ਉਹ ਕਹਿੰਦਾ ਨਹੀਂ, ਉਹਦੀ ਤਬੀਅਤ ਨੀ ਠੀਕ ਹੈਗੀ, ਤੇ ਤੂੰ ਘਰ ਆਈ ਆ। ਉਹਦੇ ਬਾਪ ਨੇ ਵੀ ਕਿਹਾ ਕਿ ਮੈਂ ਤੈਨੂੰ ਹਾਲੇ ਭੇਜਣਾ ਨੀ ਚਾਹੁੰਦਾ, ਜਿਸ ਤਰ੍ਹਾਂ ਵੀ ਉਹਨੇ ਗੱਲਾਂ ਕੀਤੀਆਂ ਨੇ ਇਹਦੇ ਨਾਲ, ਗੱਲ ਜਿਹੜੀ ਨਾ ਖੁੱਲ ਕੇ ਕਰਨੀ ਹੈ, ਤੇ ਫਿਰ ਤੈਨੂੰ ਭੇਜਾਂਗਾ, ਠੀਕ ਹੈ? ਤੇ ਉਹ ਬੱਚੀ ਫੇਰ ਕਹਿਣ ਲੱਗ ਗਈ, ਨਹੀਂ ਅੱਬੂ ਜੀ ਮੈਨੂੰ ਜਾਣ ਦਿਓ, ਤੁਹਾਡੀ ਮਿਹਰਬਾਨੀ, ਹਾਲੇ ਨਾ ਕਰੋ ਖੁੱਲ ਕੇ ਗੱਲਾਂ, ਹੁਣ ਮੇਰਾ ਬੱਚਾ ਨੀ ਠੀਕ ਹੈਗਾ। ਉਹ ਕਹਿੰਦਾ ਮੈਂ ਤੈਨੂੰ ਲੈਣ ਆ ਜਾਂਦਾ, ਮੈਂ ਤੂੰ ਸਾਰੀਆਂ ਗੱਲਾਂ ਛੱਡ ਦੇ, ਹੁਣ ਨੀ ਮੈਂ ਕਰਾਂਗਾ ਕੁਛ, ਤੇ ਮੇਰੇ ਨਾਲ ਘਰ ਆ ਜਾ ਵਾਪਸ। ਫਿਰ ਉਹਨੂੰ ਫੋਨ, ਉਹਨੇ ਮਿਸ ਕਾਲ ਕੀਤੀ, ਫੇਰ ਆਇਆ, ਤੇ ਫਿਰ ਉਹਨੂੰ ਲੈ ਕੇ ਚਲਾ ਗਿਆ। ਕਿਹਨੂੰ ਮਿਸ ਕਾਲ ਕੀਤੀ, ਨਾਮ ਦੱਸਣਾ ਹੈ? ਗੁਲਾਮ ਬਾਸ ਦੇ ਸ਼ੋਹਰ ਦਾ ਨਾਮ ਸੀ। ਅੱਛਾ, ਉਹਨੂੰ ਮੈਨੂੰ ਮਿਸ ਕਾਲ ਕੀਤੀ ਕਿ ਮੈਂ ਅੱਬੂ ਨਾਲ ਗੱਲ ਕਰ ਲਈਏ, ਤੇ ਤੂੰ ਆ ਗਿਆ ਤੇ ਮੈਂ ਤੇਰੇ ਨਾਲ ਘਰ ਆ ਜਾਂਦੀ। ਤੁਹਾਨੂੰ ਕਿੰਜ ਕਨਫਰਮ, ਮਤਲਬ ਕਿੰਜ ਪੱਕਾ ਪਤਾ ਹੈ ਕਿ ਕੁੜੀ ਨੂੰ ਕਤਲ ਕੀਤਾ ਤੁਹਾਡੀ ਬੇਟੀ ਨੂੰ? ਸਰ ਵੇਖੋ ਨਾ, ਉਹਦੇ ਹੱਥ ਵੀ ਵੱਜੇ ਹੋਏ ਨੇ, ਉਹਦੇ ਪੈਰਾਂ ਥੱਲੇ ਕੋਈ ਚੀਜ਼ ਨਹੀਂ ਹੈਗੀ, ਬੈੱਡ ਤੇ ਲੱਗੇ ਹੋਏ ਨੇ ਪੈਰ ਉਹਦੇ। ਉਸ ਤੋਂ ਬਾਅਦ ਜਿਸ ਹੱਦ ਤੱਕ ਉਹਦੇ ਗਲੇ ਦਾ ਨਿਸ਼ਾਨ ਸੀ, ਉਹਦੇ ਹੋਂਠ ਇੰਨੇ ਨੀਲੇ ਹੋ ਚੁੱਕੇ ਸੀ ਕਿ ਉਹ ਲੱਗਦਾ ਹੀ ਨਹੀਂ ਸੀ ਕਿ ਕੰਮ ਅੱਧੇ ਘੰਟੇ ਦਾ।
ਆਖਰੀ ਗੱਲ ਕਦੋਂ ਹੋਈ ਸੀ ਇਸ ਸਾਰੇ ਵਾਕਿਆ ਤੋਂ ਪਹਿਲੇ ਤੁਹਾਡੀ? ਕਿੰਨੀ ਦਿਨ ਪਹਿਲੇ? ਬੱਚੀ ਦੇ ਨਾਲ ਮੇਰਾ ਖਿਆਲ ਹੈ ਕਿ 5-6 ਦਿਨ ਪਹਿਲੇ ਇੰਜ ਦਰਵਾਜ਼ਾ ਉਹਨਾਂ ਦਾ ਖੁੱਲਿਆ ਸੀ। ਬਾਲ ਛੋਟਾ ਬੱਚਾ ਸੀ, ਮੈਨੂੰ ਵੀ ਉਹਦੇ ਨਾਲ ਪਿਆਰ ਸੀ, ਮੈਂ ਜ਼ਬਰਦਸਤੀ ਵੀ ਅੰਦਰ ਚਲੀ ਜਾਂਦੀ ਸਭ ਬੱਚੇ ਨੂੰ ਚੁੱਕਣ ਵਾਸਤੇ। ਬੱਚਾ ਕਿੱਥੇ? ਬੱਚਾ ਇਸ ਟਾਈਮ ਉਹ ਲੈ ਗਏ ਨੇ ਉਹਨਾਂ ਦੇ ਸਸਰਾਲੀਆਂ ਕੋਲ। ਉਹ ਕਹਿੰਦੇ ਲੈ ਗਏ, ਉਹ ਤਾਂ ਫੜੇ ਨਹੀਂ ਗਏ, ਉਹ ਮਾਂ ਪੁੱਤਰ ਫੜੇ ਗਏ ਨੇ ਨਾ, ਜਿਹੜੀਆਂ ਕੁੜੀਆਂ ਦੋ ਸਨ ਉਹਨਾਂ ਦੇ ਮਾਮੂ ਆਏ ਨੇ, ਉਹਨਾਂ ਦੀਆਂ ਭੈਣਾਂ ਦੂਸਰੀਆਂ ਵੀ ਆਈਆਂ ਨੇ, 5 ਭੈਣਾਂ ਨੇ। ਅੱਛਾ, ਤੇ ਉਹ ਬੱਚੇ ਨੂੰ ਲੈ ਗਏ ਜ਼ਬਰਦਸਤੀ ਫਿਰ ਖਿੱਚ ਦਰੋ ਕੇ। ਕਿਹਨਾਂ ਕੋਲੋਂ? ਤੁਹਾਡੇ ਕੋਲੋਂ? ਨਹੀਂ, ਉਹ ਪਹਿਲਾਂ ਹੀ ਸਾਡੇ ਕੋਲ ਲੈ ਗਏ ਸੀ, ਅਸੀਂ ਤੇ ਲੱਗੇ ਸਾਂ ਆਪਣੇ ਜੋ ਸਾਡਾ ਵਾਕਿਆ ਹੋਇਆ ਸੀ ਉਸੇ ਚੀਜ਼ ਗਮ ਚ ਪਰੇਸ਼ਾਨ ਸਾਂ। ਫਿਰ ਮੈਂ ਤੇ ਥਾਣੇ ਵੀ ਗਈ ਸਾਂ, ਮੈਨੂੰ ਨੀ ਕੀ ਪਤਾ ਕਿ ਕੀ ਹਿਸਾਬ ਸੀ, ਤੇ ਲੇਕਿਨ ਜਿਸ ਵਕਤ ਬੱਚੀ ਨੂੰ ਦਫਨਾਇਆ ਹੈ ਨਾ ਸੀ, ਉਸ ਬਾਅਦ ਲੋਕਾਂ ਨੇ ਕਿਹਾ ਕਿ ਉਹ ਬੱਚਾ ਲੈ ਕੇ ਚੱਲੀਆਂਗੇ। ਲੋਕ ਉਹਨਾਂ ਦੇ ਪਿੱਛੇ ਭੱਜੇ ਨੇ, ਉਹਨਾਂ ਨੇ ਖਿੱਚੇ ਧਰੂਈ ਬੱਚੇ ਨੂੰ ਕੀਤੀ ਉਸ ਟਾਈਮ। ਉਹ ਲੋਕਾਂ ਨੇ ਦੱਸਿਆ ਕਿ ਉਹ ਉਸ ਟਾਈਮ ਬੱਚੇ ਦਾ ਗਲਾ ਦਬਾਉਂਦੀਆਂ ਸੀ ਬੜੇ ਜ਼ੋਰ ਨਾਲ। ਅੱਛਾ, ਕਿ ਅਗਰ ਉਹ ਨਹੀਂ ਹੁੰਦੇ ਹੀ ਹੈਗੀ ਬੜੀਆਂ ਗਾਲੀ ਗਲੋਚ ਉਹਨੂੰ ਕਰਕੇ, ਤੇ ਫਿਰ ਇਹਨੂੰ ਵੀ ਮਾਰ ਦਿੰਦੇ, ਇਹਨੂੰ ਉਹਦੀ ਮਾਂ ਕੋਲ ਭੇਜ ਦਿੰਦੇ। ਫਿਰ ਮੈਂ ਅੱਗੇ ਕਿਹਾ, ਮੈਂ ਕਿਹਾ ਛੱਡ ਦਿਓ, ਅੱਲਾ ਦਾ ਵਾਸਤਾ, ਜੇ ਇਹਨੂੰ ਬੱਚਾ ਦੇ ਦਿਓ ਇਹਨਾਂ ਨੂੰ, ਜ਼ਰੂਰ ਇਸ ਬੱਚੇ ਦੀ ਜਾਨ ਨੂੰ ਜ਼ੀਅ ਦਿੰਦੇ ਭੇਜ। ਤੇ ਮੈਂ ਫਿਰ ਆਪ ਹੀ ਕਹਿ ਕੇ ਹਲੇ ਰਹਿਣ ਦਿਓ, ਅਗਰ ਹੁਣ ਕੇਸ ਚੱਲਦਾ ਹੈ ਮੈਂ ਪੁਲਿਸ ਦੇ ਜ਼ਰੀਏ ਲੈ ਲਾਂਗੀ ਬੱਚਾ। ਅਨੋ ਮਾਨ ਨਾਲ ਉਸ ਟਾਈਮ ਜਿਹੜਾ ਨਾ ਮੈਂ ਇਹੀ ਬਿਹਤਰ ਸਮਝਿਆ ਸੀ। ਤੇ ਪੁਲਿਸ ਨੇ ਮੌਕੇ ਤੋਂ ਫਿਰ ਗ੍ਰਿਫਤਾਰ ਕਰ ਲਿਆ? ਹਾਂਜੀ, ਪੁਲਿਸ ਨੇ ਤੇ ਗ੍ਰਿਫਤਾਰ ਕਰ ਲਿਆ, ਲੇਕਿਨ ਹੁਣ ਪੁਲਿਸ ਵਾਲੇ ਗੱਲ ਕਿਉਂ ਨਹੀਂ ਫਿਰ ਸੁਣਦੇ ਪਏ ਸਾਡੀ ਕੀ? ਅਸੀਂ ਕਿੱਥੇ ਜਾ ਕੇ ਹੁਣ ਦੱਸੋ ਅਪੀਲ ਕਰੀਏ? ਪੁਲਿਸ ਵਾਲੇ ਗੱਲ ਹੀ ਨਹੀਂ ਸੁਣਦੇ ਪਏ, ਉਹ ਕਹਿੰਦੇ ਨੇ ਨਹੀਂ ਜੀ ਇਸ ਤਰ੍ਹਾਂ ਕਿਸ ਤਰ੍ਹਾਂ, ਬਸ ਉਹ ਇਹੀ ਹਾਲੇ ਗੱਲਾਂ ਕਰਨ ਦੇ। ਕਿਸ ਤਰ੍ਹਾਂ ਮਤਲਬ? ਖੁਦਕੁਸ਼ੀ ਹੈ ਪੁਲਿਸ ਵਾਲੇ ਕਹਿੰਦੇ? ਪੁਲਿਸ ਵਾਲੇ ਪਤਾ ਨੀ, ਮਰਦ ਹਜ਼ਰਾਤ ਜਾਂਦੇ ਨੇ, ਉਹ ਜਾਣ ਕੇ ਜਿਸ ਤਰ੍ਹਾਂ ਸਾਨੂੰ ਦੱਸਦੇ ਨੇ ਸਾਨੂੰ ਤੇ ਇਹੀ ਪਤਾ। ਤੇ ਫਿਰ ਇਹੀ ਹੈ ਕਿ ਫਿਰ ਮੈਂ ਥਾਣੇ ਜਾ ਕੇ ਆਪਣੇ ਆਪ ਨੂੰ ਅੱਗ ਲਾ ਲੈਂਦੀ ਹਾਂ, ਉਹ ਫਿਰ ਰੋਣੀ ਪਿੱਟਣੀ ਉਹਨਾਂ ਦੀ ਜਾਨ ਨੂੰ, ਕਿ ਮੈਨੂੰ ਤਾਂ ਫਿਰ ਇਨਸਾਫ਼ ਦੇਵੋ, ਤੁਸੀਂ ਅਗਰ ਇਹਨਾਂ ਨੂੰ ਛੱਡ ਦਿੱਤੇ ਤਾਂ ਮੈਂ ਤਾਂ ਯਕੀਨ ਦੇਣਾ ਮੈਂ ਇਸ ਤਰ੍ਹਾਂ ਹੀ ਕਰਨਾ ਹੁਣ, ਮੇਰੀਆਂ ਦੂਸਰੀਆਂ ਵੀ ਬੱਚੀਆਂ ਨੇ, ਮੈਂ ਕਿਸ ਤਰ੍ਹਾਂ ਇਸ ਮਹੱਲੇ ਚ ਕੌਣ ਕਰੇਗਾ ਇਹਨਾਂ ਦੇ ਨਾਲ ਬੱਚਿਆਂ ਦੇ ਨਾਲ ਜੋ ਸਾਡੀ ਬੱਚੀ ਨਾਲ ਵਾਕਿਆ ਹੋ ਗਿਆ। ਆਂਡਾ ਕਿੰਨੀਆਂ ਤਾਂ ਬੱਚੀਆਂ ਇਸ ਤਰ੍ਹਾਂ ਸੂਲੀ ਚੜ੍ਹਨਗੀਆਂ। ਮੈਂ ਤਾਂ ਜਾ ਕੇ ਤੇ ਹੁਣ ਉੱਥੇ ਥਾਣੇ ਚ ਅੱਗ ਲਾਣੀ, ਜੇ ਆਪਣੇ ਆਪ ਨੂੰ ਅਗਰ ਉਹਨਾਂ ਨੇ ਮੁਲਜ਼ਮ ਨਾਲ ਛੱਡਿਆ ਨਾ, ਤੇ ਮੈਂ ਆਪਣੇ ਆਪ ਨੂੰ ਥਾਣੇ ਜਾ ਕੇ ਤੇ ਅੱਗ ਲਾ ਲੈਣੀ। ਮੈਂ ਇਹੀ ਇਨਸਾਫ਼ ਚਾਹੁੰਦੀ ਹਾਂ ਤੁਹਾਡੇ ਕੋਲੋਂ। ਘੁੰਮਣ ਤੇ ਅੱਗੇ ਤੇ ਅਸੀਂ ਉਸ ਦਿਨ ਦੀ ਕਿੰਨੀ ਅਪੀਲ ਕੀਤੀ ਹੈ, ਫਿਰ ਕਰਨੇ ਆ, ਖੁਦਾਰਾ ਖੁਦਾਰਾ ਸਾਡੀ ਅਪੀਲ ਸੁਣੋ, ਇਹ ਵੇਖੋ ਹੱਥ ਵੱਜੇ ਜੇ ਤੁਹਾਡੇ ਅੱਗੇ, ਸਾਨੂੰ ਖੁਦਾ ਦਾ ਵਾਸਤਾ ਜੇ ਸਾਡਾ ਕੋਈ ਇਨਸਾਫ਼ ਕਰ ਲਵੋ, ਨਹੀਂ ਤੇ ਫਿਰ ਇੱਕ ਹੋਰ ਜਾਨ ਜਾਏਗੀ, ਹੁਣ ਤਾਂ ਹੁਣ ਥਾਣੇ ਦੇ ਸਾਹਮਣੇ ਜਾਏਗੀ ਬਿਲਕੁਲ। ਮੈਂ ਤੇ ਇਹੀ ਕਹਿਣਾ ਹੁਣ ਬਸ, ਉਸ ਦਿਨ ਮੈਂ ਜਿੰਨਾ ਕਰ ਚੁੱਕੀ ਹਾਂ ਨਾ, ਮੈਂ ਮੈਂਟਲੀ ਤੌਰ ਤੇ ਮੈਨੂੰ ਬਹੁਤ ਅਜ਼ੀਅਤ ਹੋਈ ਹੈ ਬੱਚੀ ਨੂੰ ਵੇਖ ਕੇ, ਤੇ ਜਿਹੜੀ ਮੈਨੂੰ ਰਾਤ ਦਿਨ ਨਹੀਂ ਭੁੱਲਦੀ ਪਈ, ਉਸ ਤੋਂ ਇਲਾਵਾ ਵੀ ਮੈਂ ਜਿਹੜੀ ਅਜ਼ੀਅਤ ਚ ਹੁਣ ਗੁਜ਼ਰਨੀ ਪਈ ਹਾਂ, ਮੇਰੇ ਕੋ ਹੁਣ ਤਾਂ ਮੈਨੂੰ ਇਨਸਾਫ਼ ਮਿਲੇਗਾ ਤੇ ਮੈਨੂੰ ਸਕੂਨ ਮਿਲੇਗਾ। ਨਾਜ਼ਰੀਨ, ਇਹ ਜ਼ੈਨਬ ਨਾਮੀ ਲੜਕੀ ਕੀ ਵਾਲਦਾ ਕਾ ਮੁਤਾਲਬਾ ਹੈ ਕਿ ਉਹਨੇ ਇਨਸਾਫ਼ ਫਰਾਮ ਕੀਆ ਜਾਏ। ਉਨਕਾ ਕਹਿਣਾ ਕਿ ਪੁਲਿਸ ਇਸ ਕੇਸ ਮੇਂ ਬਿਲਕੁਲ ਤਾਵਨ ਕਰਤੀ ਹੋਈ ਦਿਖਾਈ ਨਹੀਂ ਦੇ ਰਹੀ, ਔਰ ਉਹਨੇ ਖਰਚਾ ਹੈ ਕਿ ਪੁਲਿਸ ਮੁਲਜ਼ਮਾਨ ਕੇ ਸਾਥ ਸਾਜ਼ਬਾਜ਼ ਕਰ ਚੁੱਕੀ ਹੈ ਔਰ ਉਹਨੇ ਛੋੜ ਦੇਗੀ। ਜਿਸ ਤਰ੍ਹਾਂ ਸੇ ਯੇ ਮੁਬੈਨਾ ਖੁਦ ਜੋ ਹੈ ਸਸੁਰਾਲੀਓਂ ਕੇ ਤਸ਼ੱਦਦ ਕੀ ਵਜ੍ਹਾ ਸੇ ਹਲਾਕਤ ਹੋਈ ਨਪ ਕੀ, ਉਸ ਪਰ ਜੋ ਹੈ ਵੋ ਪੁਲਿਸ ਵੀ ਤਫਤੀਸ਼ ਜਾਰੀ ਰੱਖੇ ਹੋਏ। ਮਜ਼ੀਦ ਜੋ ਰਿਸ਼ਤੇਦਾਰ ਹੈ, ਅਜ਼ੀਜ਼ ਓ ਕਾਰਿਬ ਹੈ, ਉਨ੍ਹੀਂ ਕੀ ਜ਼ੁਬਾਨੀ ਜਾਣਤੇ ਹੈ ਕਿ ਅਸਲ ਮੇਂ ਮਾਜਰਾ ਹੁਆ ਕਿਆ।